ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਦਲੇਰ ਮਹਿੰਦੀ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਅਦਾਲਤ ਨੇ ਬਰਕਰਾਰ ਰੱਖੀ 2 ਸਾਲ ਦੀ ਸਜ਼ਾ 2003 ਦਾ ਕਬੂਤਰਬਾਜੀ ਮਾਮਲਾ ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਐਚ ਐਸ ਅਗਰਵਾਲ ਨੇ ਉਹਨਾਂ ਦੀ ਸਜ਼ਾ ਬਰਕਰਾਰ ਰੱਖੀ ਹੈ ਜੱਜ ਨੇ ਦਲੇਰ ਮਹਿੰਦੀ ਨੂੰ ਤੁਰੰਤ ਹਿਰਾਸਤ ਵਿੱਚ ਲੈਣ ਦੇ ਹੁਕਮ ਜਾਰੀ ਕੀਤੇ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਦਲੇਰ ਮਹਿੰਦੀ ਨੂੰ ਅਰੈਸਟ ਕਰ ਲਿਆ ਹੈ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਦਲੇਰ ਮਹਿੰਦੀ ਦੇ ਵੱਲੋਂ ਟ੍ਰਾਇਲ ਕੋਰਟ ਦੇ 2018 ਦੇ ਵਿੱਚ ਆਏ ਫੈਸਲੇ ਨੂੰ ਪਟਿਆਲਾ ਦੀ ਸੈਸ਼ਨ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ। ਸਾਲ 2018 ਦੇ ਵਿੱਚ ਕਬੂਤਰਬਾਜੀ ਮਾਮਲੇ ਦੇ ਵਿੱਚ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ ਦੇ ਨਾਲ ਨਾਲ 2000 ਰੁਪਏ ਦੇ ਜੁਰਮਾਨੇ ਦੀ ਵੀ ਸਜ਼ਾ ਸੁਣਾਈ ਗਈ ਸੀ। ਤੇ ਸਾਲ 2003 ਦੇ ਇਸ ਕੇਸ ਦੇ ਵਿੱਚ 15 ਸਾਲਾਂ ਬਾਅਦ 2018 ਦੇ ਵਿੱਚ ਜੀਐਮ ਆਈਸੀ ਪਟਿਆਲਾ ਨਿਧੀ ਸੈਣੀ ਦੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਇਹ ਸਜ਼ਾ ਸੁناਈ ਸੀ ਹਾਲਾਂਕਿ ਦਲੇਰ ਮਹਿੰਦੀ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਸੀ ਕਿਉਂਕਿ ਸਜ਼ਾ 3 ਸਾਲ ਤੋਂ ਘੱਟ ਸੀ ਇਸ ਮਾਮਲੇ ਦੇ ਵਿੱਚ ਬੋਬਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ ਜਦਕਿ ਸਮਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਸਾਲ 2003 ਦੇ ਵਿੱਚ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਪਿੰਡ ਬਲਵੇੜਾ ਹਲਕਾ ਸਨੌਰ ਦੇ ਰਹਿਣ ਵਾਲੇ ਬਕਸੀਸ ਸਿੰਘ ਦੀ ਸ਼ਿਕਾਇਤ ਤੇ ਦਲੇਰ ਮਹਿੰਦੀ ਅਤੇ ਉਹਨਾਂ ਦੇ ਭਰਾ ਸਮਸ਼ੇਰ ਸਿੰਘ, ਧਿਆਨ ਸਿੰਘ ਅਤੇ ਬੁਲਬਲਾ ਮਹਿਤਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਬਕਸੀਸ ਸਿੰਘ ਦਾ ਕਹਿਣਾ ਸੀ ਕਿ ਦਲੇਰ ਮਹਿੰਦੀ ਨੇ ਉਸ ਤੋਂ ਵਿਦੇਸ਼ ਭੇਜਣ ਦੇ ਨਾਮ ਤੇ 20 ਲੱਖ ਰੁਪਏ ਲਏ ਨੇ। ਇਸ ਮੰਗਰੋਂ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਗਏ। ਅਗਲੀ ਖਬਰ ਹੈ ਸ਼੍ਰੀਲੰਕਾ ਤੋਂ ਭੱਜਿਆ ਰਾਸ਼ਟਰਪਤੀ ਗੁਟਬਾਇਆ ਰਾਜਪੱਖਸ਼ੇ ਨੇ ਦਿੱਤਾ ਅਸਥੀਪਾ ਸਿੰਗਾਪੁਰ ਜਾ ਪਹੁੰਚਿਆ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਆਰਥਿਕ ਸੰਕਟ ਅਤੇ ਵਿਦਰੋਹ ਅਤੇ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੀ ਸ਼੍ਰੀਲੰਕਾ ਦੇ ਵਿੱਚ ਅਸ਼ਾਂਤੀ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਭਾਰਤ ਦੇਸ਼ ਗਵਾਂਡੀ ਦੇਸ਼ ਨੂੰ ਇਸ ਸਥਿਤੀ ਵੱਲ ਧੱਕਣ ਵਾਲੇ ਰਾਸ਼ਟਰਪਤੀ ਗੋਟਵਾਇਆ ਰਾਜਪੱਖਸੀ ਨੇ ਆਖਰਕਾਰ ਅਸਤੀਫਾ ਦੇ ਦਿੱਤਾ ਹੈ ਤੇ ਇਸ ਤੋਂ ਪਹਿਲਾਂ ਉਹਨਾਂ ਨੇ 13 ਜੁਲਾਈ ਨੂੰ ਹੀ ਅਸਤੀਫਾ ਦੇਣ ਦੀ ਗੱਲ ਕਹੀ ਸੀ ਹਾਲਾਂਕਿ ਉਹਨਾਂ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਉਹ ਸਿੰਗਾਪੁਰ ਪਹੁੰਚ ਗਿਆ ਹੈ ਫਿਲਹਾਲ ਕਾਰਜਕਾਰੀ ਪ੍ਰਧਾਨ ਰਾਨੇਲ ਵਿਕਰਮ ਸਿੰਘ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਤੇ ਇੱਥੇ ਫੌਜ ਅਤੇ ਪੁਲਿਸ ਨੂੰ ਬਿਦਰੋਹੀ ਪ੍ਰਦਰਸ਼ਨਾਂ ਦੇ ਨਾਲ ਨਜਿੱਠਣ ਦੇ ਲਈ ਖੁੱਲਾ ਹੱਥ ਦਿੱਤਾ ਗਿਆ ਹੈ ਅਜਿਹੇ ਦੇ ਵਿੱਚ ਸ਼੍ਰੀਲੰਕਾ 'ਚ ਸ਼ਾਂਤੀ ਬਹਾਲ ਹੋਣ ਦੀ ਸੰਭਾਵਨਾ ਘੱਟ ਹੈ ਤੇ ਦੂਜੇ ਪਾਸੇ ਦੇਸ਼ ਦੀ ਸੱਤਾ ਤੇ ਕਾਬਜ ਲੋਕਾਂ ਨੇ ਪ੍ਰਦਰਸ਼ਨਕਾਰੀਆਂ ਦੀ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਪ੍ਰਦਰਸ਼ਨਕਾਰੀ ਰਾਜਪੱਖੀ ਜਾਫਿਰ ਵਿਕਰਮ ਸਿੰਘੇ ਨੂੰ ਦੁਬਾਰਾ ਸੱਤਾ ਵਿੱਚ ਨਹੀਂ ਦੇਖਣਾ ਚਾਹੁੰਦੇ ਸ਼੍ਰੀਲੰਕਾ ਸੱਤਾ ਦੇ ਹੰਕਾਰ ਦੇ ਨਸੇ ਅਤੇ ਇਸ ਖਤਰਨਾਕ ਨਤੀਜਿਆਂ ਦੀ ਉੱਤਮ ਮਿਸਾਲ ਹੈ ਅਗਲੀ ਖਬਰ ਹੈ ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਹੋਇਆ ਸਸਤਾ ਤਾ ਦੋਸਤੋ ਮਹਾਰਾਸ਼ਟਰ ਦੀ ਇਕਨਤ ਸਿੰਦੇ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨ ਛੋ ਰਹੀਆਂ ਕੀਮਤਾਂ ਤੋਂ ਕੁਝ ਰਾਹਤ ਦਿੱਤੀ ਹੈ ਇਕਨਤ ਸਿੰਦੇ ਨੇ ਐਲਾਨ ਕੀਤਾ ਹੈ ਕਿ ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਸਸਤਾ ਕਰ ਦਿੱਤਾ ਗਿਆ ਹੈ ਅਗਲੀ ਖਬਰ ਹੈ ਕੇਂਦਰੀ ਮੁਲਾਜ਼ਮਾਂ ਤੇ ਪੈਨਸਰਾਂ ਦਾ ਇੰਤਜ਼ਾਰ ਖਤਮ ਸਰਕਾਰ ਵਧਾਉਣ ਜਾ ਰਹੀ ਹੈ ਮਹਿੰਗਾਈ ਭੱਤਾ ਤਾਂ ਦੋਸਤੋ ਕੇਂਦਰ ਦੀ ਮੋਦੀ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਤੇ ਪੈਨਸਰਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ ਜੁਲਾਈ ਦੇ ਅੰਤ ਤੱਕ ਸਰਕਾਰ ਕਿਸੇ ਵੀ ਸਮੇਂ ਸਰਕਾਰੀ ਕਰਮਚਾਰੀਆਂ ਅਤੇ ਪੈਨਸਰਾਂ ਦੇ ਮਹਿੰਗਾਈ ਭੱਤੇ 'ਚ ਵਾਧੇ ਦਾ ਐਲਾਨ ਕਰ ਸਕਦੀ ਹੈ ਪਰਚੂਨ ਮਹਿੰਗਾਈ ਦਰ 7% ਤੋਂ ਉੱਪਰ ਬਣੀ ਹੋਈ ਹੈ ਜਦਕਿ ਥੋਕ ਮਹਿੰਗਾਈ ਦਰ 15% ਤੋਂ ਉੱਪਰ ਬਣੀ ਹੋਈ ਹੈ ਅਜਿਹੇ ਦੇ ਵਿੱਚ ਕੇਂਦਰੀ ਕਰਮਚਾਰੀ ਅਤੇ ਪੈਨਸਰਾਂ ਨੂੰ ਮਹਿੰਗਾਈ ਤੋਂ ਰਾਤ ਦੇਣ ਦੇ ਲਈ ਮੋਦੀ ਸਰਕਾਰ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਦੇ ਵਿੱਚ ਵੱਡਾ ਵਾਅਦਾ ਕਰ ਸਕਦੀ ਹੈ ਅਗਲੀ ਖਬਰ ਹੈ 11 ਮਹੀਨਿਆਂ ਦੇ ਹੇਠਲੇ ਪੱਧਰ ਤੇ ਡਿੱਗਿਆ ਸੋਨੇ ਦਾ ਭਾਅ ਚਾਂਦੀ ਦੀਆਂ ਕੀਮਤਾਂ ਜ ਵੀ ਆਈ ਗ੍ਰਾਫਟ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ 11 ਮਹੀਨਿਆਂ ਦੇ ਹੇਠਲੇ ਪੱਧਰ ਤੇ ਸੋਨੇ ਦੀਆਂ ਕੀਮਤਾਂ ਪਹੁੰਚ ਗਈਆਂ ਨੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਸੋਨੇ ਦੀ ਕੀਮਤ 2 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ਤੇ ਹੈ ਸੋਨੇ ਦੀ ਕੀਮਤ 1% ਦੇ ਡਿੱਗ ਕੇ 50821 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਗ੍ਰਾਫਟ ਦੇਖਣ ਨੂੰ ਮਿਲਿਆ ਅਗਲੀ ਖਬਰ ਹੈ ਕੱਚੇ ਤੇਲ ਦੇ ਮਹਿੰਗੇ ਹੋਣ ਦੇ ਨਾਲ ਵਧੀਆਂ ਸਰਕਾਰ ਦੀਆਂ ਮੁਸ਼ਕਲਾਂ ਜੂਨ 2022 ਦੇ ਵਿੱਚ ਵਪਾਰ ਘਾਟਾ 26.1 ਅਰਬ ਡਾਲਰ ਤੱਕ ਵਧਿਆ ਤਾਂ ਦੋਸਤੋ ਡਾਲਰ ਦੇ ਮੁਕਾਬਲੇ ਰੁਪਈਏ ਦੇ ਵਿੱਚ ਕਮਜ਼ੋਰੀ ਕੱਚੇ ਤੇਲ ਅਤੇ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਕਾਰਨ ਭਾਰਤ ਦਾ ਵਪਾਰ ਘਾਟਾ ਵਧ ਰਿਹਾ ਹੈ ਜੂਨ 2022 ਦੇ ਵਿੱਚ ਵਪਾਰ ਘਾਟਾ 26.1 ਅਰਬ ਡਾਲਰ ਦੇ ਅੰਕੜੇ ਤੇ ਪਹੁੰਚ ਗਿਆ ਜੋ ਕਿ ਜੂਨ 2021 ਦੇ ਮੁਕਾਬਲੇ 172% ਦਾ ਜ਼ਿਆਦਾ ਹੈ ਜਿੱਥੇ ਕੋਲੇ ਦੀ ਦਰਮਦ ਵਧੀ ਹੈ ਉਥੇ ਤਿਹਾੜੀ ਸੀਜ਼ਨਾਂ ਦੇ ਵਿੱਚ ਸੋਨੇ ਦੀ ਮੰਗ ਵਧਣ ਕਾਰਨ ਸੋਨੇ ਦੀ ਦਰਮਦ ਵੀ ਵਧੀ ਹੈ ਅਗਲੀ ਖਬਰ ਹੈ ਪੀਯੂ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੇ ਕੇਂਦਰ ਸਰਕਾਰ ਦਾ ਵੱਡਾ ਬਿਆਨ ਤਾਂ ਦੋਸਤੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੈਪੁਰ ਦੇ ਉੱਤਰੀ ਜੋਨਲ ਕਾਉਂਸਲ ਦੀ 3ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ਮੀਟਿੰਗ ਦੇ ਵਿੱਚ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਰਾਜਸਥਾਨ ਅਤੇ ਲਦਾਖ ਦੇ ਆਗੂਆਂ ਤੇ ਅਧਿਕਾਰੀਆਂ ਦੀ ਸਮੂਲਤ ਕੀਤੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਦੀ ਤਰਫੋਂ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਅਤੇ ਸਲਾਹਕਾਰ ਧਰਮਪਾਲ ਅਤੇ ਡੀਜੀਪੀ ਇਸ ਮੀਟਿੰਗ ਦੇ ਵਿੱਚ ਪੀਯੂ ਦਾ ਮੁੱਦਾ ਰੱਖਿਆ ਜਿਸ ਤੇ ਕੇਂਦਰ ਨੇ ਕਿਹਾ ਕਿ ਪੀਯੂ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ ਅਗਲੀ ਕਵਰ ਹੈ ਲਾਰੈਂਸ ਬਸਨੋਈ ਦਾ ਕਬੂਲਨਾਮਾ ਮੂਸੇ ਵਾਲਾ ਗਾਣਿਆਂ ਦੇ ਰਾਹੀ ਦਿੰਦਾ ਕਰਦਾ ਸੀ ਚੈਲੰਜ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਲਾਰੈਂਸ ਬਸਨੋਈ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨਾਲ ਨਾਰਾਜ਼ ਚੱਲ ਰਿਹਾ ਸੀ ਇਸ ਦਾ ਕਾਰਨ ਹੈ ਕਿ ਕਾਲੀ ਦਲ ਦੇ ਨੌਜਵਾਨ ਵਿੱਕੀ ਮਿੱਡੂ ਗੇੜਾ ਦਾ ਕਤਲ ਸੀ ਪਰ ਨਾਲ ਹੀ ਗੈਂਗ ਨੂੰ ਸ਼ੱਕ ਸੀ ਕਿ ਮੂਸੇ ਵਾਲਾ ਦਵਿੰਦਰ ਬੰਬੀਹਾ ਗੈਂਗ ਦੇ ਗੁਰਗਿਆਂ ਦੇ ਨੇੜੇ ਸੀ ਬਸਨੋਈ ਮੁਤਾਬਕ ਉਸ ਨੂੰ ਲੱਗਦਾ ਸੀ ਕਿ ਮੂਸੇ ਵਾਲੇ ਗੀਤਾਂ ਦੇ ਵਿੱਚ ਬੰਬੀਹਾ ਗਰੋਹ ਦੀ ਤਾਰੀਫ ਕਰਦਾ ਤੇ ਉਸਦੇ ਗਰੋ ਨੂੰ ਚੁਣੌਤੀ ਦਿੰਦਾਗਾ ਪੁਲਿਸ ਦੀ ਪੁੱਛਗਿੱਛ ਵਿੱਚ ਲਾਰੈਂਸ ਬਸਨੋਈ ਨੇ ਇਹ ਸਾਬਕ ਕਬੂਲ ਕਰ ਲਿਆ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਬੰਬੀਹਾ ਗੈਂਗ ਲਗਾਤਾਰ ਪੰਜਾਬ ਦੇ ਵਿੱਚ ਕਤਲ ਦੀਆਂ ਵਾਰਦਾਤਾਂ ਕਰ ਰਿਹਾ ਸੀ ਇਸ ਕਾਰਨ ਬਸਨੋਈ ਗਰੋਹ ਦੀ ਮਹੱਤਤਾ ਅਪਰਾਧ ਜਗਤ ਵਿੱਚ ਘਟ ਰਹੀ ਸੀ ਅਗਲੀ ਖਬਰ ਹੈ ਲੁਧਿਆਣਾ ਦੀ ਘਰੇਲੂ ਔਰਤ ਨੂੰ 2.5 ਕਰੋੜ ਦੀ ਨਿਕਲੀ ਲੋਟਰੀ ਤਾ ਦੋਸਤੋ ਤੁਹਾਨੂੰ ਦੱਸਿਏ ਕਿ ਪੰਜਾਬ ਰਾਜ ਲੋਟਰੀਜ਼ ਨੇ ਇਸ ਮਹੀਨੇ ਡੀਅਰ ਸਾਵਨ ਬੰਪਰੀ ਲੋਟਰੀ ਕੱਢੀ ਹੈ ਪਹਿਲੇ ਇਨਾਮ ਦੇ ਵਿੱਚ 2.5 ਕਰੋੜ ਰੱਖਿਆ ਗਿਆ ਸੀ ਇਹ ਡੀਅਰ ਸਾਵਨ ਬੰਪਰ ਲੁਧਿਆਣਾ ਦੇ ਵਿੱਚ ਰਹਿੰਦੀ ਇੱਕ ਘਰੇਲੂ ਔਰਤ ਰਾਖੀ ਗੁੱਬਰ ਨੇ ਜਿੱਤਿਆ ਉਸ ਦੀ ਜੇਤੂ ਟਿਕਟ ਨੰਬਰ ਸੀ 275347 ਤੇ ਇਸ ਟਿਕਟ ਦਾ ਡਰਾਅ 9 ਜੁਲਾਈ ਨੂੰ ਦਫ਼ਤਰ ਪੰਜਾਬ ਰਾਜ ਲੋਟਰੀ ਲੁਧਿਆਣਾ ਦੇ ਵਿੱਚ ਕੱਢਿਆ ਗਿਆ ਸੀ ਅਗਲੀ ਖਬਰ ਹੈ ਰੁਪਈਆ ਲਗਾਤਾਰ ਚੌਥੇ ਦਿਨ ਰਿਕਾਰਡ ਦੇ ਗ੍ਰਾਫਟ ਦੇ ਗ੍ਰਾਫਟ 'ਚ 1 ਅਮਰੀਕੀ ਡਾਲਰ 80 ਦੇ ਕਰੀਬ ਤਾਂ ਦੋਸਤੋ ਭਾਰਤ ਦੇ ਰੁਪਈਏ 'ਚ ਲਗਾਤਾਰ ਗ੍ਰਾਫਟ ਦਰਜ ਕੀਤੀ ਜਾ ਰਹੀ ਹੈ 1 ਡਾਲਰ ਦੇ ਮੁਕਾਬਲੇ ਰੁਪਈਆ 80 ਤੋਂ ਵੀ ਥੱਲੇ ਡਿੱਗ ਚੁੱਕਿਆ ਹੈ ਅੰਤਰਰਾਸ਼ਟਰੀ ਮੁਦਰਾ ਦੇ ਵਿੱਚ ਜੋ ਡਾਲਰ ਦੀ ਕੀਮਤ ਹੈ ਉਹ ਵੱਧ ਚੁੱਕੀ ਹੈ ਤੇ ਰੁਪਈਏ ਦੇ ਵਿੱਚ ਗ੍ਰਾਫਟ ਦੇਖਣ ਨੂੰ ਮਿਲੀ ਹੈ ਰੁਪਈਆ ਡਾਲਰ ਦੇ ਮੁਕਾਬਲੇ 80 ਨੂੰ ਪਾਰ ਕਰ ਗਿਆ ਹੈ ਅਗਲੀ ਖਬਰ ਹੈ ਦੇਸ਼ ਦੇ ਵਿੱਚ ਸਿਰਫ 4 ਜਾਂ ਫਿਰ 5 ਸਰਕਾਰੀ ਬੈਂਕ ਹੀ ਰਹਿਣਗੇ ਰਲੇਵੇਂ ਦੇ ਅਗਲੇ ਪੜਾਅ ਦੀ ਤਿਆਰੀ ਕਰ ਰਹੀ ਹੈ ਸਰਕਾਰ ਤਾਂ ਦੋਸਤੋ ਦੇਸ਼ ਦੇ ਵਿੱਚ ਜਨਤਕ ਖੇਤਰ ਦੇ ਬੈਂਕਾਂ ਦੀ ਗਿਣਤੀ ਹੋਰ ਘਟ ਸਕਦੀ ਹੈ ਜੇਕਰ ਸਭ ਕੁਝ ਠੀਕ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਸਿਰਫ 4 ਜਾਂ ਫਿਰ 5 ਸਰਕਾਰੀ ਬੈਂਕ ਹੀ ਰਹਿ ਜਾਣਗੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕੇਂਦਰ ਸਰਕਾਰ ਜਲਦੀ ਹੀ ਜਨਤਕ ਖੇਤਰ ਦੇ ਬੈਂਕਾਂ ਦੇ ਰਲੇਵੇਂ ਦਾ ਅਗਲਾ ਦੌਰ ਸ਼ੁਰੂ ਕਰ ਸਕਦੀ ਹੈ ਜਿਸ ਤੋਂ ਬਾਅਦ ਦੇਸ਼ ਵਿੱਚ ਜਨਤਕ ਖੇਤਰ ਦੇ ਬੈਂਕਾਂ ਦੀ ਗਿਣਤੀ ਸਿਰਫ 4 ਜਾਂ ਫਿਰ 5 ਰਹਿ ਜਾਵੇਗੀ। ਅਗਲੀ ਖਬਰ ਹੈ ਥਾਣੇਦਾਰਾਂ ਤੇ ਸਕੰਜਾ ਕਸਨ ਦੀ ਤਿਆਰੀ ਦੇ ਵਿੱਚ ਹੈ ਭਗਵੰਤ ਮਾਨ ਸਰਕਾਰ ਦਿੱਤੀ ਚੇਤਾਵਨੀ ਤਾਂ ਦੋਸਤੋ ਪੰਜਾਬ ਵਿੱਚ ਨਸਿਆਂ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਲਗਾਤਾਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਦੇ ਬਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਹੁਣ ਪੰਜਾਬ ਪੁਲਿਸ ਦੇ ਥਾਣਾ ਥਾਣੇਦਾਰਾਂ ਤੇ ਹੈ ਇਸ ਦੌਰਾਨ ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪਿਛਲੀ ਸਰਕਾਰ ਦੇ ਦੌਰਾਨ ਥਾਣੇਦਾਰਾਂ ਨੂੰ ਜੋ ਗਲਤ ਆਦਤਾਂ ਪਈਆਂ ਨੇ ਉਹਨਾਂ ਨੂੰ ਠੀਕ ਕੀਤਾ ਜਾਵੇਗਾ ਅਗਲੀ ਖਬਰ ਹੈ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਜੁੜੀ ਵੱਡੀ ਖਬਰ ਫੋਰੈਂਸਿਕ ਰਿਪੋਰਟ ਦੇ ਵਿੱਚ ਹੋਇਆ ਵੱਡਾ ਖੁਲਾਸਾ ਤਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਕਤਲकांड ਮਾਮਲੇ ਦੇ ਵਿੱਚ ਫੋਰੈਂਸਿਕ ਰਿਪੋਰਟ ਆ ਗਈ ਹੈ ਮੂਸੇਵਾਲੇ ਦਾ ਕਤਲ AK47 ਤੋਂ ਇਲਾਵਾ ਬੋਰ 30 ਤੇ 9mm ਪਿਸਟਲ ਦੇ ਨਾਲ ਕੀਤਾ ਗਿਆ ਸੀ ਤੇ ਇਹ ਖੁਲਾਸਾ ਮੂਸੇਵਾਲੇ ਦੇ ਸਰੀਰ ਅਤੇ ਬਾਰਦਤ ਵਾਲੀ ਜਗ੍ਹਾ ਤੋਂ ਮਿਲੀਆਂ ਗੋਲੀਆਂ ਦੀ ਜਾਂਚ ਤੋਂ ਬਾਅਦ ਹੋਇਆ ਹੈ ਹਾਲਾਂਕਿ ਪੁਲਿਸ ਅਜੇ ਤੱਕ ਕਤਲ ਵਿੱਚ ਇਸਤੇਮਾਲ ਕੀਤੇ ਗਏ ਹਥਿਆਰ ਰਿਕਵਰ ਨਹੀਂ ਕਰ ਸਕੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੂਸੇਵਾਲੇ ਦਾ ਕਤਲ ਕਰਨ ਤੋਂ ਬਾਅਦ ਸ਼ੂਟਰ ਤੇਜ਼ੀ ਨਾਲ ਫਰਾਰ ਹੋ ਗਏ ਸੀ ਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਹਰਿਆਣਾ ਤੋਂ ਕੋਈ ਵਿਅਕਤੀ ਲੈ ਕੇ ਚਲਾ ਗਿਆ ਸੀ ਫੋਰੈਂਸਿਕ ਜਾਂਚ ਤੋਂ ਬਾਅਦ ਪੁਲਿਸ ਨੇ ਖੁਲਾਸਾ ਕੀਤਾ ਕਿ 7 ਗੋਲੀਆਂ ਸਿੱਧੀਆਂ ਮੂਸੇ ਵਾਲੇ ਨੂੰ ਲੱਗੀਆਂ ਸਨ ਮੂਸੇ ਵਾਲੇ ਜਿਸ ਥਾਰ ਰਾਹੀਂ ਜਾ ਰਹੇ ਸੀ ਉਸ ਤੇ ਸ਼ਾਰਪ ਸ਼ੂਟਰਾਂ ਵੱਲੋਂ ਕੁੱਲ 25 ਤੋਂ ਵੱਧ ਫਾਇਰ ਦਾਗੇ ਗਏ ਸੀ ਹਾਲਾਂਕਿ ਕੁਝ ਫਾਇਰ ਨੇੜੇ ਕੰਦਾਂ ਘਰਾਂ ਤੇ ਖੇਤਾਂ ਵਿੱਚ ਵੀ ਮਿਲੇ ਹਨ ਸਪਸ਼ਟ ਹੈ ਕਿ ਸ਼ਾਰਪ ਸ਼ੂਟਰਾਂ ਨੇ ਮੂਸੇ ਵਾਲੇ ਤੇ ਅਨੇਵਾ ਫਾਇਰਿੰਗ ਕੀਤੀ ਪੋਸਟਮਾਰਟਮ ਰਿਪੋਰਟ ਦੇ ਅਨੁਸਾਰ ਮੂਸੇ ਵਾਲੇ ਦੀ ਮੌਤ ਫੇਫੜਿਆਂ ਅਤੇ ਲੀਵਰ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਕਰਨ ਵਾਲੇ 6 ਸ਼ੂਟਰਾਂ ਦੇ ਵਿੱਚੋਂ 3 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਸ਼ੂਟਰਾਂ ਦੇ ਵਿੱਚ ਮੁੱਖ ਸ਼ੂਟਰ ਪ੍ਰਿਆਵਰਤ ਫੌਜੀ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਅੰਕਿਤ ਸਿਰਸਾ ਅਤੇ ਕਸਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਦਕਿ ਜਗਰੂਪ ਰੂਪਾ ਮਨਪ੍ਰੀਤ ਮੰਨੂ ਦੀਪਕ ਮੁੰਡੀ ਨੂੰ ਅਜੇ ਤੱਕ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ ਅਗਲੀ ਖਬਰ ਹੈ ਭਾਰਤ ਵਿੱਚ ਕਰੋਨਾ ਦੇ 20139 ਨਵੇਂ ਮਾਮਲੇ ਤੇ 38 ਜਾਨਾਂ ਦੀ ਮੌਤ ਤਾਂ ਦੋਸਤੋ ਭਾਰਤ ਦੇ ਵਿੱਚ ਇੱਕ ਦਿਨ ਦੇ ਅੰਦਰ ਕਰੋਨਾ ਦੇ 20139 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਕੇ 4 ਕਰੋੜ 36 ਲੱਖ 9999 ਹੋ ਗਈ ਹੈ ਅੱਜ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ 38 ਲੋਕਾਂ ਦੀ ਕਰੋਨਾ ਕਰਕੇ ਮੌਤ ਹੋਈ ਹੈ ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਜੋ ਕੁੱਲ ਗਿਣਤੀ ਹੈ 525557 ਹੋ ਗਈ ਹੈ ਅਗਲੀ ਖਬਰ ਹੈ ਹਰਿਆਣੇ ਦੇ ਸਿਰ ਕਰਜ਼ਾ 3 ਲੱਖ ਕਰੋੜ ਤੋਂ ਟੱਪਿਆ ਭਪਿੰਦਰ ਹੁੱਡਾ ਤਾ ਦੋਸਤੋ ਤੁਹਾਨੂੰ ਦੱਸਿਏ ਕਿ ਭਾਜਪਾ ਜੀਜੀਪੀ ਗੱਠਜੋੜ ਸਰਕਾਰ ਦੇ ਰਾਜ ਵਿੱਚ ਹਰਿਆਣਾ ਦੇ ਆਰਥਿਕ ਹਾਲਾਤ ਵਿਗੜਦੇ ਜਾ ਰਹੇ ਨੇ ਹੁਣ ਹਰਿਆਣਾ ਦੇ ਸਿਰ 324000 ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਇਸ ਗੱਲ ਦਾ ਪ੍ਰਗਟਾਵਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਭਪਿੰਦਰ ਸਿੰਘ ਹੁੱਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤਾ ਹਰਿਆਣਾ ਸਰਕਾਰ ਨੂੰ 324000 ਕਰੋੜ ਰੁਪਏ ਦੇ ਕਰਜ਼ੇ ਬਾਰੇ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਜਿਸ ਨਾਲ ਲੋਕਾਂ ਨੂੰ ਕਰਜ਼ੇ ਦੇ ਅਸਲ ਕਾਰਨਾਂ ਦਾ ਪਤਾ ਲੱਗੇ ਅਗਲੀ ਖਬਰ ਹੈ ਕੈਨੇਡਾ ਦੇ ਵਿੱਚ ਮੰਕੀ ਪੋਕਸ ਦੇ 477 ਕੇਸਾਂ ਦੀ ਪੁਸ਼ਟੀ ਤਾਂ ਦੋਸਤੋ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਦੇਸ਼ ਵਿੱਚ ਮੰਕੀ ਪੋਕਸ ਦੇ ਕੁੱਲ 477 ਕੇਸਾਂ ਦੀ ਪੁਸ਼ਟੀ ਕੀਤੀ ਹੈ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਕਿਊਬਿਕ ਦੇ ਤੋਂ 284 ਕੇਸ 온ਟਾਰੀਆ ਦੇ ਵਿੱਚ 152 ਕੇਸ ਬ੍ਰਿਟਿਸ਼ ਕੋਲੰਬੀਆ ਤੋਂ 29 ਅਤੇ ਅਲਬਰਟਾ ਤੋਂ 8 ਕੇਸਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਗਲੀ ਖਬਰ ਹੈ ਡਾਲਰ ਦੇ ਮੁਕਾਬਲੇ ਰੁਪਈਏ ਵਿੱਚ ਗਰਾਫਟ ਜਾਰੀ ਤਾਂ ਦੋਸਤੋ ਵਿਦੇਸ਼ੀ ਵਿਜਾਰਾਂ ਦੇ ਵਿੱਚ ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਤੇ ਪੂੰਜੀ ਦਾ ਨਿਕਾਸ ਵਧਨ ਕਰਕੇ ਭਾਰਤੀ ਰੁਪਈਆ ਅੱਜ 9 ਪੈਸੇ ਟੁੱਟ ਕੇ ਡਾਲਰ ਦੇ ਮੁਕਾਬਲੇ 79 ਰੁਪਏ 90 ਪੈਸੇ ਦੇ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਿਆ ਹੈ ਅਗਲੀ ਖਬਰ ਹੈ ਚੰਡੀਗੜ੍ਹ ਤੋਂ ਟ੍ਰਾਂਟੋ ਅਤੇ ਵੈਨਕੂਵਰ ਦੇ ਲਈ ਸਿੱਧੀਆਂ ਉਡਾਨਾਂ ਹੋਣਗੀਆਂ ਸ਼ੁਰੂ ਤਾਂ ਦੋਸਤੋ ਪੰਜਾਬੀਆਂ ਦੀ ਕੈਨੇਡਾ ਵਿੱਚ ਵੱਧ ਰਹੀ ਗਿਣਤੀ ਹਵਾਈ ਉਡਾਨਾਂ ਦੀਆਂ ਨਿੱਜੀ ਕੰਪਨੀਆਂ ਲਈ ਫਾਇਦੇ ਦਾ ਸੌਦਾ ਬਣਦਾ ਜਾ ਰਿਹਾ ਹੈ ਇਸ ਦੇ ਲਈ ਇੱਕ ਨਿੱਜੀ ਕੰਪਨੀ ਨੇ ਕੈਨੇਡਾ ਦੇ ਦੋ ਸ਼ਹਿਰਾਂ ਲਈ ਆਪਣੀਆਂ ਚਾਰਟਰਡ ਉਡਾਨਾਂ ਸ਼ੁਰੂ ਕਰਨ ਦੇ ਲਈ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਪਹੁੰਚ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਨੇ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਜਿਸ ਨਾਲ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ ਦੇ ਦੋ ਸ਼ਹਿਰ ਟੋਰਾਂਟੋ ਅਤੇ ਵੈਨਕੂਵਰ ਦੇ ਲਈ ਦੋ ਚਾਰਟਰਡ ਉਡਾਨਾਂ ਜਲਦੀ ਸ਼ੁਰੂ ਹੋਣਗੀਆਂ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਪ੍ਰਵਾਸੀਆਂ ਦੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਅਗਲੀ ਖਬਰ ਹੈ ਹਾਈ ਕੋਰਟ ਦਾ ਵੱਡਾ ਫੈਸਲਾ ਵਿਧਵਾ ਨੂੰ ਸਹੁਰੇ ਤੋਂ ਵੀ ਮੰਗ ਸਕਦੀ ਹੈ ਗੁਜ਼ਾਰਾ ਭੱਤਾ ਤਾਂ ਦੋਸਤੋ ਹਾਈ ਕੋਰਟ ਨੇ ਨੂੰ ਦੇ ਪਾਲਣ ਪੋਸਣ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਇਹ ਫੈਸਲਾ ਵਿਧਵਾ ਨੂੰ ਦੇ ਹੱਕ ਵਿੱਚ ਦਿੱਤਾ ਗਿਆ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਜੇਕਰ ਕੋਈ Hindu ਵਿਧਵਾ ਆਪਣੀ ਆਮਦਨ ਜਾਂ ਫਿਰ ਹੋਰ ਸੰਪਤੀ ਨਾਲ ਗੁਜ਼ਾਰਾ ਕਰਨ ਦੇ ਵਿੱਚ ਅਸਮਰੱਥ ਹੈ ਤਾਂ ਉਹ ਆਪਣੇ ਸਹੁਰੇ ਤੋਂ ਗੁਜ਼ਾਰੇ ਦੇ ਲਈ ਦਾਅਵਾ ਕਰ ਸਕਦੀ ਹੈ ਅਗਲੀ ਖਬਰ ਹੈ ਸ਼ੂਟਰ ਅੰਕਿਤ ਅਤੇ ਸਚਨ ਅਦਾਲਤ ਦੇ ਵਿੱਚ ਕੀਤੇ ਪੇਸ਼ ਪੰਜਾਬ ਪੁਲਿਸ ਨੂੰ ਮਿਲਿਆ 트랜ਜ਼ਿਟਰ ਰਿਮਾਂਡ ਤਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਕਤਲ ਦੇ ਦੋਸ਼ੀ ਸ਼ੂਟਰ ਅੰਕਿਤ ਸਿਰਸਾ ਅਤੇ ਸਚਨ ਨੂੰ ਦਿੱਲੀ ਪੁਲਿਸ ਨੇ ਅੱਜ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਹੈ ਪਟਿਆਲਾ ਹਾਊਸ ਕੋਰਟ ਨੇ ਸ਼ੂਟਰ ਅੰਕਿਤ ਅਤੇ ਸਚਨ ਦਾ ਇੱਕ ਦਿਨ ਦਾ 트랜ਜ਼ਿਟਰ ਰਿਮਾਂਡ ਪੰਜਾਬ ਪੁਲਿਸ ਨੂੰ ਦੇ ਦਿੱਤਾ ਹੈ ਪੰਜਾਬ ਪੁਲਿਸ ਵੱਲੋਂ ਅਦਾਲਤ ਵਿੱਚ ਅਰਜੀ ਦਾਇਰ ਕਰਕੇ ਸ਼ੂਟਰ ਅੰਕਿਤ ਸਿਰਸਾ ਅਤੇ ਸਚਨ ਦੀ ਹਿਰਾਸਤ ਦੀ ਮੰਗ ਕੀਤੀ ਸੀ ਅਗਲੀ ਖਬਰ ਹੈ ਸੁਖਪਾਲ ਸਿੰਘ ਖੈਰਾ ਨੂੰ ਕਾਂਗਰਸ ਨੇ 올 ਇੰਡੀਆ ਕਿਸਾਨ ਕਾਂਗਰਸ ਦਾ ਚੇਅਰਮੈਨ ਕੀਤਾ ਨਿਯੁਕਤ ਤਾਂ ਦੋਸਤੋ ਪੁਹਲੱਥ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਕਾਂਗਰਸ ਨੇ ਨਵੀਂ ਜ਼ਿੰਮੇਵਾਰੀ ਸ਼ੌਂਪ ਦਿੱਤੀ ਹੈ ਦੱਸ ਦਈਏ ਕਿ ਸੁਖਪਾਲ ਖੈਰਾ ਨੂੰ ਕਾਂਗਰਸ ਨੇ 올 ਇੰਡੀਆ ਕਿਸਾਨ ਕਾਂਗਰਸ ਦਾ ਚੇਅਰਮੈਨ ਵੀ ਨਿਯੁਕਤ ਕੀਤਾਗਾ ਤੇ ਦੋਸਤੋ ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਜੇ ਤੁਹਾਨੂੰ ਸਾਡਾ ਇਹ ਵੀਡੀਓ ਤੇ ਜਾਣਕਾਰੀ ਵਧੀਆ ਲੱਗੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ